ਵਾਇਗ੍ਰਜ ਕਖਾਲਸਾ ਵਾਇਗ੍ਰਜ ਕੀ ਫਤਿਹ ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ ਇਸੇ ਸਮੇਂ ਵੀ ਇਸ ਅਰਥਾ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ TV ਤੇ ਜਾਣਾ ਇਹ ਲੋਗੋ ਤੁਹਾਨੂੰ ਦਿਖਾਈ ਦੇਗਾ ਗੁਰਗਿਆਨ TV ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ ਉਸ ਵਿੱਚ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਹਾਲੇ ਤੱਕ ਗੁਰਗਿਆਨ TV ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਜਰੂਰ ਇਹ ਲਿੰਕ ਭੇਜਣਾ ਹਰ ਇੱਕ ਨੂੰ ਦੱਸਣਾ ਆਓ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਅਰਥਾਂ ਸਮੇਤ ਸਹਿਜ ਪਾਠ ਕਰਦੇ ਆਂ ਦਾ ਮਹਿਸੂਸ ਹੁੰਦਾ ਏ ਜਿਵੇਂ ਗੁਰੂ ਸਾਹਿਬ ਜੀ ਨੂੰ ਸੁਣ ਰਹੇ ਆਂ ਗੁਰੂ ਸਾਹਿਬ ਜੀ ਤੋਂ ਸਿੱਖ ਰਹੇ ਆਂ ਸਤ ਗੁਰੂ ਜੀ ਜ਼ਿੰਦਗੀ ਕਿਵੇਂ ਜਿਉਣੀ ਏ ਗੁਰੂ ਸਾਹਿਬ ਜੀ ਤੋਂ ਸਿੱਖ ਰਹੇ ਆਂ ਆਪਣੇ ਸੁਭਾਅ ਸੋਚ ਦੀਆਂ ਕਮਜ਼ੋਰੀਆਂ ਨੂੰ ਸਮਝਣਾ ਤੇ ਗੁਰਬਰਸ ਆਇਆ ਹੋਇਆ ਗੁਰਮਖ ਸੁਭਾਅ ਵਾਲਾ ਜੀਵਨ ਜਿਉਣਾ ਆਓ ਸਖੰਦ ਯਤਨ ਕਰੀਏ ਜੀ ਸਿਰੀ ਰਾਗ ਮਹਲਾ ਪਹਿਲਾ ਕੀ ਸ਼ਬਦ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨੰਬਰ 21 ਅੰਕ 21 ਦੇ ਉੱਪਰ ਪਹਿਲੇ ਪਾਤਸ਼ਾਹ ਗੁਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸਿਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸਿਰੀ ਰਾਗ ਦਾ 19ਵਾਂ ਸ਼ਬਦ ਹੈ ਇਹ ਮਨ ਮੂਰਖ ਲੋਭਿਆ ਲੋਭੇ ਲਗਾ ਲੁਭਾਨ ਐ ਮਨ ਤੂੰ ਮੂਰਖ ਬੇਕਾਰਾਂ ਦੇ ਰਸ ਦਾ ਲੋਭ ਕਰਦਾ ਹੈ ਤੈਨੂੰ ਨਿੰਦਾ ਕਰ ਕਰਕੇ ਇੰਨਾ ਲੋਭ ਪੈਦਾ ਹੋ ਗਿਆ ਨਿੰਦਾ ਦੇ ਰਸ ਵਿੱਚ ਕਹਿੰਨਾ ਮੈਂ ਟਾਈਮ ਪਾਸ ਕਰ ਰਿਹਾ ਟਾਈਮ ਬਰਬਾਦ ਕਰੀ ਜਾ ਰਿਹਾ ਫਿਰ ਵੀ ਰੱਜਦਾ ਨਹੀਂ ਇਸ ਰਸ ਤੋਂ ਤੈਨੂੰ ਨਫ਼ਰਤ ਦਾ ਬੜਾ ਰਸ ਆ ਗਿਆ ਆਪਣੇ ਵੀ ਤੈਨੂੰ ਚੰਗੇ ਨਹੀਂ ਲੱਗਦੇ ਤੈਨੂੰ ਆਪਣੇਾਂ ਵਿੱਚੋਂ ਵੀ ਗੁਣ ਨਹੀਂ ਦਿਸਦੇ ਤੈਨੂੰ ਆਪਣੇਾਂ ਵਿੱਚੋਂ ਵੀ ਚੰਗੇ ਕੰਮ ਨਹੀਂ ਦਿਸਦੇ ਮਨਾ ਤੂੰ ਇੰਨਾ ਲੋਭੀ ਹੋ ਗਿਆ ਵੇਨੇ ਹੰਕਾਰ ਵਿੱਚ ਆ ਗਿਆ ਤੈਨੂੰ ਆਪ ਹੀ ਆਪਣੇ ਆਪ ਨੂੰ ਚੰਗਾ ਲੱਗਦਾ ਦੂਸਰੇ ਤੈਨੂੰ ਚੰਗੇ ਨਹੀਂ ਲੱਗ ਰਹੇ ਦੁਨੀਆ ਦੇ ਕੋ ਸੰਗ ਰਸ ਵਿੱਚ ਤੁਰਨਾ ਚੰਗ ਇੰਨਾ ਲੋਭ ਮਨਾ ਕਬਦਨਾ ਭੀ ਜੈ ਸਾਖਤਾ ਦਰਮਤ ਆਵਨ ਜਾਣ ਤੂੰ ਸਾਖਤ ਬਣ ਗਏ ਤੇ ਇਹਦਾ ਸਭ ਦੀ ਪੰਕਤੀ ਆਈ ਸੀ ਸਾਖਤ ਹਰ ਰਸ ਸਾਧਨਾ ਜਾਣਿਆ ਤੈਨ ਅੰਤਰ ਹੋਮੈ ਕੰਡਾ ਮਨਾ ਤੈਨੂੰ ਗੁਰਬਾਣੀ ਪੜਨ ਦਾ ਰਸ ਹੀ ਨਹੀਂ ਤੈਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਝਣ ਦੀ ਅੰਦਰ ਭਾਵਨਾ ਨਹੀਂ ਪੈਦਾ ਹੋਈ ਰਸ ਨਹੀਂ ਆਇਆ ਇਸ ਮਾਰਗ ਦਾ ਤੈਨੂੰ ਗਿਆਨ ਰੂਪੀ ਨਾਮ ਦੇ ਦੀਦਾਰ ਕਰਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਦਾਸ ਵਿੱਚੋਂ ਨਿਤ ਅਸੀਂ ਸੁਣਦੇ ਸੀ ਨਿਤ ਪੜ੍ਹਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਤੈਨੂੰ ਪਾਠ ਦੀਦਾਰ ਕਰਨ ਦਾ ਰਸ ਨਹੀਂ ਆਇਆ ਇਸ ਰਸਤਾ ਤੋ ਟੁੱਟਿਆ ਹੋਇਆ ਐ ਮਨਾਂ ਤੋ ਸਾਖਤ ਹੋ ਗਏ ਐ ਸ਼ਬਦ ਦੇ ਅਰਥ ਹੈ ਉਪਦੇਸ਼ ਸ਼ਬਦ ਨਾ ਭੀਜਿਆ ਸਾਖਤਾ ਕਿ ਇਸ ਰਸਤੋ ਰੱਬ ਦੇ ਮਾਰਗ ਤੋ ਰੱਬ ਦੇ ਰਸਤੇ ਤੋ ਟੁੱਟ ਚੁੱਕੇ ਐ ਦਾਤਾਂ ਰੱਬ ਦੀਆਂ ਵਰਤ ਰਿਹਾ ਸ਼ੁਕਰਾਨਾ ਹੀ ਕੋਈ ਨਹੀਂ ਰੱਬ ਦੀਆਂ ਬਖਸ਼ਿਸ਼ਾਂ ਗਵਾਈ ਜਾ ਰਿਹਾ ਕਿ ਕਿਸ ਰੂਪ ਦੇ ਨਾਲ ਪਿਆਰੀ ਕੋਈ ਨਹੀਂ ਕਿ ਕਿਸ ਰੂਪ ਆਪਣੇ ਜੀਵਨ ਚੋਂ ਗਵਾਇਆ ਆਪਣੇ ਘਰ ਚੋਂ ਗਵਾਇਆ ਬੱਚਿਆਂ ਚੋਂ ਗਵਾ ਰਿਹਾ ਗੁਰਮਤ ਗਵਾਈ ਜਾ ਰਹੇ ਆ ਤੂੰ ਇਸ ਰਸ ਵਿੱਚ ਭਿੱਜਿਆ ਹੀ ਨਹੀਂ ਗੁਰੂ ਦਾ ਉਪਦੇਸ਼ ਤੈਨੂੰ ਚੰਗਾ ਨਹੀਂ ਲੱਗ ਰਿਹਾ ਗੁਰ ਕਲਗੀ ਤਰ ਪਿਤਾ ਨੇ ਪਰਿਵਾਰ ਵਾਰਿਆ ਬੱਚੇ ਬਾਰੇ ਤੈਨੂੰ ਆਪਣਾ ਸਰੂਪ ਦਿੱਤਾ ਗੁਰਮਤ ਦਿੱਤੀ ਗੁਰੂ ਨੇ ਆਪਣੀ ਸੋਚ ਦਿੱਤੀ ਹੈ ਮਨਾ ਤੂੰ ਇੰਨਾ ਦੁਨਿਆਵੀ ਰਸਾਂ ਦਾ ਲੋਭੀ ਹੋ ਗਿਆ ਸ਼ਬਦ ਨਾ ਭਿੱਜਿਆ ਸਕਤਾ ਗੁਰੂ ਦੇ ਉਪਦੇਸ਼ ਵਿੱਚ ਤੇਰਾ ਮਨ ਹੀ ਭਿੱਜ ਰਿਹਾ ਦਰਮਤ ਆਵਨ ਜਾਣ ਕੋਟੀ ਮਤ ਲੈ ਲਈ ਮੰਦਾ ਆਪਣਾ ਜਾਂ ਆਪਣਾ ਗੁਰੂ ਕੋਲੇ ਆਉਂਦਾ ਵੀ ਹੈ ਮੰਨਦਾ ਨਹੀਂ ਦੂਸਰੇ ਪਾਸੇ ਫਿਰ ਮਨਾ ਤੂੰ ਚੁਰ ਜਾਣਾ ਤੈਨੂੰ ਸਿੱਖੀ ਦਾ ਰਸ ਹੈ ਗੁਰੂ ਦਾ ਰਸ ਹੈ ਸ਼ੁਕਰਾਨੇ ਦਾ ਰਸ ਹੈ ਗੁਰੂ ਦੀ ਯਾਦ ਦਾ ਰਸ ਹੈ ਵਾਹਿਗੁਰੂ ਜੀ ਦੇ ਗੁਣਾਂ ਦਾ ਰਸ ਹੈ ਬਾਬੇ ਨਾਨਕ ਦੇ ਪਰਪਕਾਰੀ ਮਿਸ਼ਨ ਤੇ ਤੁਰਨ ਦਾ ਰਸ ਤੈਨੂੰ ਆਇਆ ਨਹੀਂ ਗੁਰੂਬਲ ਵੀ ਮਨਾ ਹੋਣਾ ਤੂੰ ਦੁਨੀਆ ਤੇ ਵੀ ਉਲਝਿਆ ਪਿਆ ਜਿੰਨਾ ਤੂੰ ਆਪਣੇ ਕਾਰੋਬਾਰ ਲਈ ਕਰਦਾ ਪਿਆ ਹੈ ਕਾਰੋਬਾਰ ਲਈ ਆਪਾ ਵਾਰਦਾ ਪਿਆ ਹੈ ਇਹ ਪਰਬਕਾਰ ਵਾਲੇ ਮਰਸਤੇ ਤੇ ਤਡੋਲ ਕੇ ਜਾਣਾ ਹੈ ਇਧਰ ਤੂੰ ਤੁਰਦਾ ਕਿਉਂ ਨਹੀਂ ਹੋਟੀ ਮਤ ਲੈ ਕੇ ਆਵਣ ਜਾਣ ਵਿੱਚ ਉਲਝ ਗਿਆ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਏ ਗੁਣੀ ਨਿਦਾਨ ਸਾਧੂ ਗੁਰੂ ਜੀ ਕਿਹੜੇ ਸਾਧੂ ਸਤਗੁਰ ਸਰੂਪ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਮਹਾਪੁਰਸ਼ ਨੇ ਗੁਰਬਾਣੀ ਦੀਆਂ ਸਿੱਖਿਆਵਾਂ ਗੁਰ ਸਰੂਪ ਹੈ ਗੁਰੂ ਤੋਂ ਲੈਣਾ ਸਮਝਣਾ ਮੱਤ ਵਿੱਚ ਰੱਖਣਾ ਅੰਦਰ ਮੱਤ ਵਿੱਚ ਉਪਦੇਸ਼ ਵਚਨਗੇ ਉਹ ਜਿਹੜੀ ਆਵਾਜ਼ ਉੱਠੇਗੀ ਸਤਗੁਰ ਸਰੂਪ ਬਣੇਗੀ ਇਤੋਂ ਵੱਡਾ ਸਾਧੂ ਕੋਈ ਨਹੀਂ ਮਨੁਸ ਨੂੰ ਮੰਨ ਲਿਆ ਮੰਨ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਲਿਆ ਤੇ ਮਿਲਾਪ ਹੋ ਗਿਆ ਸਾਧੂ ਸਤਗੁਰ ਜੇ ਮਿਲਿਆ ਤਾਂ ਪਾਈਏ ਗੁਣੀ ਨਿਦਾਨ ਫਿਰ ਗੁਣਾ ਦਾ ਖਜ਼ਾਨਾ ਵਾਹਿਗੁਰੂ ਜੀ ਅੰਗ ਸੰਗ ਮਹਿਸੂਸ ਹੁੰਦੇ ਨੇ ਮਨ ਰੇ ਹੋ ਮੈਂ ਛੋੜ ਗਮਾਨ ਐ ਮਨਾਂ ਇਹ ਗੁਮਾਨ ਇਹ ਹੰਕਾਰ ਛੱਡ ਦੇ ਤੂੰ ਆਪਣੇ ਆਪ ਨੂੰ ਸਿਆਣਾ ਮੰਨੀ ਬੈਠਾ ਤੈਨੂੰ ਕੋਈ ਆਪਣੇ ਵਿਰਸੇ ਦਾ ਗਿਆਨ ਪੁੱਛੇ ਤੇ ਤੈਨੂੰ 5% ਵੀ ਨਹੀਂ ਪਤਾ ਨਸਲਾਂ ਵੇਲੇ ਕੀ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਭਾਈ ਬਗੇਲ ਸਿੰਘ ਦੀ ਵਰਗਿਆਂ ਦੇ ਜਦੋਂ ਬোলਬਾਲਾ ਸੀ ਦਿੱਲੀ ਤੇ ਲਾਲ ਕਿਲੇ ਤੇ ਨਿਸ਼ਾਨ ਸਭ ਝੂਲਦਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਿੰਨੀਆਂ ਮੂਵਮੈਂਟਸ ਉੱਠੀਆਂ ਸਨ ਇਹਨੇ ਉਹਦੇ ਚੰਗੇ ਰਿਜ਼ਲਟ ਵੀ ਆਏ ਸੀ ਮੂਵਮੈਂਟਸ ਡਾਊਨ ਵੀ ਹੋਈਆਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਰਸਾ ਹੈ ਗੁਰੂ ਦਾ ਇਤਿਹਾਸ ਹੈ ਇਹਨੂੰ 5% ਵੀ ਨਹੀਂ ਪਤਾ ਫਿਰ ਵੀ ਆਪਣੇ ਆਪ ਨੂੰ ਸਿਆਣਾ ਮੰਨੀ ਬੈਠਾ ਛੱਡ ਦੇ ਏਗਮਾਨ ਛੱਡ ਦੇ ਹੰਕਾਰ ਇਸ ਸਿਆਣਪ ਦੇ ਹੰਕਾਰ ਕਰਕੇ ਤੈਨੂੰ ਆਪਣੇ ਆਂ ਦੇ ਵਿੱਚੋਂ ਚੰਗੇ ਗੁਣ ਨਹੀਂ ਦਿਸ ਰਹੇ ਇਸ ਹੰਕਾਰ ਗਮਾਨ ਕਰਕੇ ਤੈਨੂੰ ਆਪਣਿਆਂ ਦੇ ਚੰਗੇ ਕਰਮ ਨਹੀਂ ਦਿਸਰੇ ਮਾਨ ਰੇ ਹਮੈ ਛੋੜ ਗਮਾਨ ਹਰ ਗੁਰ ਸਰਵਰ ਸੇਵਤ ਪਾਵਹਿ ਦਰਗਹਿ ਮਾਨ ਰਹਾਓ ਹਰ ਗੁਰ ਸਰਵਰ ਗੁਰ ਸਰੂਪ ਸਿੱਖਿਆ ਮ ਰਬੀ ਉਪਦੇਸ਼ ਗਿਆਨ ਰੂਪੀ ਨਾਮ ਇੱਕ ਐਸਾ ਸਰੋਵਰ ਹੈ ਸਿੱਖਿਆਮਾਂ ਦਾ ਅੰਮ੍ਰਿਤ ਦੀਆਂ ਲਹਿਰਾਂ ਦਾ ਸਰੋਵਰ ਹੈ ਇਹਦੀ ਸੇਵਾ ਕੀ ਹੈ ਮੰਨਣਾ ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੀ ਸੇਵਾ ਹੈ ਇਹਦੇ ਨਾਲ ਰੱਬ ਦੀ ਨਜ਼ਰ ਵਿੱਚ ਤੈਨੂੰ ਮਾਣ ਮਿਲੇਗਾ ਸਤਕਾਰ ਮਿਲੇਗਾ ਤੂੰ ਚੰਗਾ ਗੁਰਮਖ ਕਹਾਏਗਾ ਚੰਗਾ ਗੁਰਮਖ ਗੁਰਸੇਖ ਤੈਨੂੰ ਸਮਝਣਗੇ ਸਾਰੇ ਗੁਰੂ ਨੇ ਤੈਨੂੰ ਇਨੀਆਂ ਬਖਸ਼ਾਂ ਦੇਣੀਆਂ ਇਨੀਆਂ ਬਖਸ਼ਾਂ ਦੇਣੀਆਂ ਉਹ ਬਖਸ਼ਾਂ ਰੱਬ ਦੇ ਦਰਗਾਹ ਦੀਆਂ ਬਖਸ਼ਾਂ ਨੇ RAM ਨਾਮ ਜਪ ਦਿਨ ਸ ਰਾਤ ਗੁਰਮਖ ਹਰ ਤਨ ਜਾਨ RAM ਨਾਮ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿੰਦਗੀ ਵਿੱਚ ਹਰ ਸਮੇਂ ਇਹਨਾਂ ਸਿੱਖਿਆਵਾਂ ਅਨਸਾਰ ਜਿਉਣਾ ਹੈ ਦਿਨ ਰਾਤ ਹਰ ਸਮੇਂ ਹਰ ਫੈਸਲਾ ਰੱਬ ਦੇ ਪੈ ਵਿੱਚ ਲੈਣਾ ਹੈ ਹਰ ਵੇਲੇ ਰੱਬ ਦੀ ਯਾਦ ਦਾ ਰਸ ਮੰਨਣਾ ਹੈ ਹਰ ਵੇਲੇ ਰੱਬ ਦੇ ਸ਼ੁਕਰਾਨੇ ਦਾ ਰਸ ਮੰਨਣਾ ਹੈ ਹਰ ਵੇਲੇ ਪਰਪਕਾਰੀ ਸੋਚ ਬਣਾ ਕੇ ਰੱਖਣੀ ਹੈ ਗੁਣਾਂ ਨੂੰ ਪਰਪਕਾਰਲੀ ਵਰਤਣਾ ਹੈ ਇਹ ਗੱਲ ਗੁਰਮੁਖ ਹਰਿ ਤਨ ਜਾਨ ਗੁਰੂ ਦੇ ਮੁਖ ਵਿੱਚੋਂ ਨਿਕਲੀਆਂ ਹੋਈਆਂ ਸਿੱਖਿਆਵਾਂ ਉਪਦੇਸ਼ ਨੂੰ ਮੰਨ ਕੇ ਹੀ ਇਹ ਤੈਨੂੰ ਹਰੀ ਦਾ ਧਨ ਸਮਝਾਏਗਾ ਹਰੀ ਦੇ ਗੁਣ ਹਰੀ ਦਾ ਧਨ ਹੈ ਉਹਨਾਂ ਗੁਣਾਂ ਨੂੰ ਪਰਪਕਾਰ ਲਈ ਵਰਤਣਾ ਪਰਪਕਾਰ ਦਾ ਜਜ਼ਬਾ ਪਰਪਕਾਰਦਾਰਾ ਸ ਹਰੀ ਦਾ ਧਨ ਹੈ ਰੱਬ ਦੀ ਯਾਦ ਦਾ ਰਾਸ ਆਉਣ ਲੱਗ ਜਾਵੇ ਸ਼ੁਕਰਾਨੇ ਦਾ ਰਾਸ ਆਵੇ ਹਰੀ ਦਾ ਧਨ ਹੈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮੰਨਣ ਦਾ ਜਜ਼ਬਾ ਭਾਵਨਾ ਬਣ ਜਾਣੀ ਹਰੀ ਦਾ ਧਨ ਹੈ ਉਹਨਾਂ ਚ ਨਹੀਂ ਮਿਲੇਗਾ ਜਿਨ੍ਹਾਂ ਚ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਸਮਝਣੇ ਜਿੰਦਗੀ ਚ ਤਾਰਨ ਕਰਨੇ ਤੇਰੀ ਜਿੰਦਗੀ ਦਾ ਹਿੱਸਾ ਨਹੀਂ ਬਣੇਗਾ ਨਹੀਂ ਸਮਝ ਆਏਗੀ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਸੰਤ ਸਭਾ ਜਦੋਂ ਗੁਰਸਿੱਖ ਗੁਰੂ ਕੀ ਵਿਚਾਰ ਕਰਦੇ ਨੇ ਗੁਰਮਤਿ ਦੀ ਵਿਚਾਰ ਕਰਦੇ ਨੇ ਸੰਤ ਸਭਾ ਹੈ ਅੱਜ ਦਾ ਯੁੱਗ ਮਾਡਰਨ ਯੁੱਗ ਹੈ ਮਾਡਰਨ ਟੈਕਨੋਲੋਜੀ ਦਾ ਯੁੱਗ ਹੈ ਅੱਜ ਟੀਵੀਜ਼ਨ ਦੇ ਉੱਪਰ ਵੀ ਟਾਕ ਸ਼ੋ ਹੋ ਜਾਂਦੇ ਨੇ ਗੁਰਬਾਣੀ ਦੇ ਅੱਜ ਸੋਸ਼ਲ ਮੀਡੀਆ ਦੇ ਉੱਪਰ ਵੀ ਗੁਰਬਾਣੀ ਦੀ ਵਿਚਾਰ ਚਰਚਾ ਡਿਸਕਸ਼ਨ ਹੋ ਸਕਦੀ ਹੈ ਇਸ ਟੈਕਨੋਲੋਜੀ ਨੂੰ ਵਰਤਣਾ ਚਾਹੀਦਾ ਜਿੱਥੇ ਵੀ ਗੁਰਬਾਣੀ ਦੀ ਰੱਬ ਦੇ ਗੁਣਾਂ ਦੀ ਰੱਬ ਦੇ ਨਿਜ਼ਮਾਂ ਦੀ ਚੰਗਿਆਣਾਂ ਦੀ ਵਿਚਾਰ ਹੋਏਗੀ ਇਹ ਸੰਤ ਸਭਾ ਹੈ ਇਹਦੇ ਚੋਂ ਇੱਕ ਰਾਸ ਬਣਦਾ ਹੈ ਰੱਬ ਚੇਤੇ ਆਉਂਦਾ ਹੈ ਰੱਬ ਦਾ ਪਿਆਰ ਪੈਦਾ ਹੁੰਦਾ ਬਸ ਇਹੀ ਸਭ ਤੋਂ ਵੱਡਾ ਸੁੱਖ ਹੈ ਇਹੀ ਅਸਲੀ ਗਿਆਨ ਹੈ ਗਿਆਨ ਰੂਪੀ ਨਾਮ ਦੇ ਵਿੱਚ ਨੂੰ ਜ਼ਿੰਦਗੀ 'ਚ ਜਿਉਂ ਕੇ ਤਜਰਬੇ 'ਚ ਜਿਹੜਾ ਗਿਆਨ ਮਿਲਦਾ ਏ ਉਹ ਅਸਲੀ ਗਿਆਨ ਹੈ ਉਹਦਾ ਰਸ ਆਨੰਦ ਦਾ ਰਸ ਉਹਦੇ ਵਿੱਚ ਪੜਾ ਰਸ ਹੈ ਬੜਾ ਆਨੰਦ ਹੈ ਨਿਤ ਅਹਨਸ ਹਰ ਪ੍ਰਭ ਸੇਵੇਆ ਸਤਗੁਰ ਦੀ ਆਨਾ ਦਿਨ ਰਾਤ ਨਿਤ ਹਰ ਵੇਲੇ ਅਹਨਸ ਦਿਨ ਰਾਤ ਰੱਬ ਦੀ ਯਾਦ ਵਿੱਚ ਰੱਬ ਦੇ ਪੈਰ ਵਿੱਚ ਤੇ ਰੱਬੀ ਉਪਦੇਸ਼ ਗੁਰਬਾਣੀ ਦੀ ਇਸ ਉਪਦੇਸ਼ ਕਿਸ ਨੇ ਦਿੱਤੇ ਸਤਗੁਰ ਦੀ ਆਨਾ ਸਤਿਗੁਰ ਨੇ ਕਿਹੜਾ ਨਾਮ ਦਿੱਤਾ ਗਿਆਨ ਰੂਪੀ ਨਾਮ ਤੇ ਖਿਆਮ ਦਾ ਨਾਮ ਦਿੱਤਾ ਇਹਨੂੰ ਮੰਨਣਾ ਇਹਨੂੰ ਜਿਉਣਾ ਹੈ ਇਹ ਨਹੀਂ ਕਿ ਸਵੇਰੇ ਤਾਂ ਬਾਣੀ ਪੜ ਲਈ ਸਵੇਰੇ ਤਾਂ ਸੰਗਤ ਕਰ ਲਈ ਦਿਨ ਵੇਲੇ ਬੇਈਮਾਨੀਆਂ ਨਾਲ ਧਰਮ ਕਮਾਇਆ ਇਦਾਂ ਨਹੀਂ ਹੈ ਫਿਰ ਤੇ ਉਹ ਤੇਰਾ ਕਰਮਕਾਂਡ ਬਣ ਗਿਆ ਇਹਨੂੰ ਜ਼ਿੰਦਗੀ 'ਚ ਜਿਉਣਾ ਹੈ ਮਨ ਐਸਾ ਹੈ ਕੁੱਕਰ ਕੂੜ ਕਮਾਈਐ ਗੁਰਨਿੰਦਾ ਪਚੈ ਪਚਾਨ ਮਨ ਦੇ ਅੰਦਰ ਦੁਨਿਆਵੀ ਰਸਾਂ ਦੇ ਬਕਾਰਾਂ ਦੇ ਰਸਾਂ ਦਾ ਕੁੱਤਾ ਬੈਠਾ ਹੈ ਕੂਕਰ ਝੂਠ ਦਾ ਸਹਾਰਾ ਲੈਂਦਾ ਹੈ ਨਿੰਦਾ ਦੇ ਰਸ ਵਿੱਚ ਇਤਨਾ ਗਲਤਾਨ ਹੋ ਜਾਂਦਾ ਹੈ ਅਖੀਰ ਤੇ ਗੁਰੂ ਦੀ ਨਿੰਦਾ ਹੀ ਕਰਨ ਲੱਗ ਜਾਂਦਾ ਹੈ ਪਚਿਆ ਪਛਾਨ ਇਸ ਵਿੱਚ ਪਚਿਆ ਹੋਇਆ ਰਚ ਗਿਆ ਇਸ ਵਿੱਚ ਭਰਮੇ ਭੁਲਾ ਦੁੱਖ ਘਣੋਂ ਭਰਮੇ ਭੁਲਾ ਦੁੱਖ ਘਣੋਂ ਜਮ ਮਾਰ ਕਰੇ ਖੁਲਹਾਨ ਭਰਮ ਗਿਆ ਪਟਕ ਗਿਆ ਵੱਲ ਗਿਆ ਰਸਤੇ ਤੋਂ ਹਲਤਰ ਰਸਤੇ ਤੇ ਪੈ ਗਿਆ ਇਹ ਵਿਕਾਰਾਂ ਦੀ ਐਸੀ ਮਾਰ ਪੈਂਦੀ ਐ ਖੁਲਹਾਨ ਖੁਲਹਾਨ ਹੁੰਦਾ ਗੁੱਜੀ ਮਾਰ ਗੁੱਜੀ ਮਾਰ ਪੈਂਦੀ ਐ ਜਦੋਂ ਦੋ ਪਹਿਲਵਾਨ ਖੁੱਲਦੇ ਨੇ ਨਾ ਰੈਸਲਿੰਗ ਕਰਦੇ ਨੇ ਤੇ ਜਿਹੜਾ ਦਾਾ ਖੇਡ ਕੇ ਮੁੱਦੇ ਮੂੰਹ ਸਾਹਮਣੇ ਸਾਰਿਆਂ ਦੇ ਧਰਤੀ ਤੇ ਸੁੱਟ ਦਿੰਦਾ ਨਾ ਖੁਲਹਾਨ ਧਰਤੀ ਤੇ ਮੁੱਦੇ ਮੂੰਹ ਸੁੱਟ ਦੇਣਾ ਉਹ ਗੁੱਜੀ ਮਾਰ ਦੇ ਵਿੱਚੋਂ ਹੀ ਸੁੱਟਿਆ ਜਾਂਦਾ ਹੈ ਗੁੱਜੀ ਮਾਰ ਜਿਹੜੀ ਪਤਾ ਹੀ ਨਹੀਂ ਲੱਗਿਆ ਕਦੋਂ ਮਾਰਿਆ ਵਿਕਾਰਾਂ ਦੀ ਵੀ ਐਸੀ ਮਾਰ ਪੈਂਦੀ ਹੈ ਮਨਮੁਖ ਸੁੱਖ ਨਾ ਪਾਈ ਹੈ ਗੁਰਮੁਖ ਸੁੱਖ ਸੁਭਾਨ ਮਨ ਦੇ ਪਿੱਛੇ ਲਾ ਕੇ ਕਦੀ ਵੀ ਆਤਮਿਕ ਸੁੱਖ ਨਹੀਂ ਮਿਲ ਸਕਦਾ ਅੰਦਰਲਾ ਆਨੰਦ ਨਹੀਂ ਮਿਲ ਸਕਦਾ ਮਨ ਦੇ ਪਿੱਛੇ ਲਾ ਕੇ ਜਿੰਨੇ ਸੁੱਖ ਖੁਸ਼ੀਆਂ ਮੰਨਦਾ ਨਾ ਛੋਟਾ ਜਿਹਾ ਦੁੱਖ ਆਉਂਦਾ ਫਿਰ ਬੜਾ ਘਬਰਾ ਜਾਂਦਾ ਫਿਰ ਰਸਤਾ ਹੀ ਗੁਰੂ ਦਾ ਛੱਡ ਦਿੰਦਾ ਛੋਟੇ ਜਿਹੇ ਬਿਗਨ ਤੇ ਪਰਉਪਕਾਰੀ ਛੱਡ ਦਿੰਦਾ ਫਿਰ ਤੇ ਹੌਲੀ ਹੌਲੀ ਕਾਨੂੰ ਨਰਕ ਬਣਾ ਲੈਣਾ ਨਹੀਂ ਮਨ ਦੇ ਪਿੱਛੇ ਲਾ ਕੇ ਨਹੀਂ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਉਹਦੇ ਪਿੱਛੇ ਲੱਗਣਾ ਉਹਨੂੰ ਮੰਨਣਾ ਹੈ ਇਸ ਵਿੱਚੋਂ ਸੁੱਖ ਮਿਲਦਾ ਹੈ ਇੱਥੇ ਤੰਦ ਪੇਟਾਈ ਹੈ ਸੱਚ ਲਿਖਤ ਪਰਵਾਨ ਸੱਚ ਦੀ ਲਿਖਤ ਉਹਨੂੰ ਜੇ ਪਰਵਾਨ ਨਾ ਕੀਤਾ ਐਵੇਂ ਤੰਦਾ ਪੇਟ ਰਹੇ ਸੱਚ ਦੀ ਲਿਖਤ ਗੁਰੂ ਦੇ ਉਪਦੇਸ਼ ਨੇ ਗਿਆਨ ਰੂਪੀ ਨਾਮ ਹੈ ਇਸ ਨੂੰ ਪ੍ਰਵਾਨ ਤਾਂ ਹੋਏਗਾ ਰੱਬ ਦੀਆਂ ਨਜ਼ਰਾਂ ਤਾਂ ਪ੍ਰਵਾਨ ਹੋਏਗਾ ਜੇ ਮੰਨੇਗਾ ਮੰਨਣ ਤੋਂ ਬਿਨਾ ਜੇ ਮਨਮੁਖ ਬਣ ਗਿਆ ਮਨ ਦੇ ਪਿੱਛੇ ਲੱਗ ਗਿਆ ਫਿਰ ਸੱਚ ਦੀ ਲਿਖਤ ਕੀ ਹੈ ਫਿਰ ਐਵੇਂ ਅੰਧਾ ਹੈ ਤੰਦ ਪਟਾਈ ਹੈ ਤੰਦਾ ਪਟਿਆ ਕੁਝ ਨਹੀਂ ਘਟਿਆ ਸਾਰੀ ਜ਼ਿੰਦਗੀ ਪੈਸੇ ਪਿੱਛੇ ਭੱਜਿਆ ਜਿਨ੍ਹਾਂ ਲਈ ਪੈਸੇ ਕਮਾਏ ਉਹਨਾਂ ਨੇ ਕਦਰੀ ਕੋਈ ਨਹੀਂ ਕੀਤੀ ਹੱਥੋਂ ਹੀ ਨਿਕਲ ਗਏ ਨਾ ਕਰ ਵਿੱਚ ਇਕਤਾ ਨ ਇਤفاق ਕੀ ਘਟ ਲਿਆ ਹਰ ਸੱਜਣ ਗੁਰ ਸੇਵੰਦਾ ਗੁਰ ਕਰਣੀ ਪ੍ਰਧਾਨ ਹਰਿ ਨੂੰ ਸਜਣ ਬਣਾ ਪਿਆ ਰਿਆ ਰੱਬੀ ਉਪਦੇਸ਼ ਗੁਰ ਸਰੂਪ ਗੁਰੂ ਦਾ ਗੁਰੂ ਦੀਆਂ ਸਿੱਖਿਆਵਾਂ ਇਹਨੂੰ ਮੰਨਣਾ ਸੇਵਾ ਹੈ ਇਹਨੂੰ ਮੰਨ ਜਿਵੇਂ ਜਿਵੇਂ ਸਿੱਖਿਆਵਾਂ ਨੂੰ ਮੰਨੇਗਾ ਨਾ ਤੈਨੂੰ ਲੱਗੇਗਾ ਰੱਬ ਤੋਂ ਵੱਡਾ ਕੋਈ ਮਦਦਗਾਰ ਹੀ ਕੋਈ ਨਹੀਂ ਅਸਲੀ ਸੱਜਣ ਵਾਹਿਗੁਰੂ ਜੀ ਦੁਨੀਆ ਤੇ ਕਿਤੇ ਮਦਦ ਕਰਦੀ ਐ ਨਾ ਉਸ ਮਦਦ ਦੇ ਰੂਪ ਵਿੱਚ ਫਾਇਦਾ ਵੀ ਖਟਣਾ ਚਾਹੁੰਦੀ ਐ ਮੈਂ ਇਹਦੀ ਆ ਮਦਦ ਕਰ ਰਿਆ ਮੇਰੇ ਪਰਿਵਾਰ ਲਈ ਮੇਰੇ ਬੱਚਾਂ ਲਈ ਆ ਕਰੇ ਬੜੀਆਂ ਚਾਹਾਂ ਰੱਖੀ ਬੈਠੇ ਹੁੰਦੇ ਉਹ ਤਾਂ ਜਿੰਨਾ ਕਰਦੇ ਉਹਨਾਂ ਦੁਨੀਆ ਤੇ ਸੁਣਾਉਂਦੇ ਨੇ ਤੇਰੇ ਲਈ ਆ ਕੀਤਾ ਰੱਬ ਐਸਾ ਐਂਦੇ ਤੇ ਕੋਈ ਵੀ ਸਾਥ ਨਹੀਂ ਦਿੰਦਾ ਉਥੇ ਵਾਇਗਰੇ ਜੀ ਸਾਥ ਦਿੰਦੇ ਨੇ ਕਦੀ ਨਹੀਂ ਸੁਣਾਉਂਦੇ ਕਿ ਮੈਂ ਤੇਰੇ ਲਈ ਆ ਕੀਤਾ ਬਸ ਰੱਬ ਨੂੰ ਮਿੱਤਰ ਸਮਝਣ ਦਾ ਕਰਾਸ ਬਣ ਜਾਏਗਾ। ਕਦੋਂ ਗੁਰ ਕਰਨੀ ਪ੍ਰਧਾਨ। ਗੁਰੂ ਨੇ ਜੋ ਕਿਹਾ ਹੈ ਉਹ ਕਰਨਾ ਹੈ ਤੇ ਗੁਰੂ ਕੀ ਕਰਨੀ ਹੈ। ਇਸ ਲਈ ਮੈਂ ਬਾਰ-ਬਾਰ ਸ਼ਬਦ ਵਰਤਾਂਗਾ ਗਿਆਨ ਰੂਪੀ ਨਾਮ ਇਸ ਨੂੰ ਸਮਝਿਓ। ਗਿਆਨ ਰੂਪੀ ਨਾਮ ਗੁਰੂ ਦੇ ਉਪਦੇਸ਼ ਨੇ ਗੁਰੂ ਦੀ ਸਿੱਖਿਆ। ਉਹਦੇ ਅਨਸਾਰ ਜਿਉਣਾ ਗੁਰੂ ਦੀ ਕਰਨੀ ਹੈ। ਅਸੀਂ ਕਿੱਡੇ ਵੱਡੇ ਭਾਗਾਂ ਵਾਲੇ ਆਂ। ਗੁਰੂ ਸਾਹਿਬ ਦੀ ਜੋ ਸੋਚ ਹੈ ਨਾ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਉਹ ਗੁਰਬਾਣੀ ਹੈ। ਇਹ ਗੁਰਬਾਣੀ ਅਨਸਾਰ ਕਿਵੇਂ ਜੀਵਨ ਜਿਉਣਾ ਚਾਹੀਦਾ ਹੈ ਕਿਵੇਂ ਨਹੀਂ ਜਿਉਣਾ ਇਹ ਗੁਰੂ ਨੇ ਆਪ ਜਿਉ ਕੇ ਦਿਖਾਇਆ ਇਹ ਗੁਰ ਇਤਿਹਾਸ ਹੈ ਸਾਡੇ ਲਈ ਗੁਰ ਇਤਿਹਾਸ ਤੇ ਗੁਰਬਾਣੀ ਗੁਰ ਕਰਨੀ ਹੈ ਇਸ ਲਈ ਗੁਰ ਇਤਿਹਾਸ ਨੂੰ ਗੁਰਬਾਣੀ ਦੇ ਨਜ਼ਰੀਏ ਨਾਲ ਪਰਖਣਾ ਹੈ ਜਿੱਥੇ ਇਤਿਹਾਸ ਦਾ ਕੋਈ ਵੀ ਵਰਤਾਰਾ ਗੁਰਬਾਣੀ ਅਨਸਾਰ ਫਿੱਟ ਨਹੀਂ ਨਾ ਹੁੰਦਾ ਇਹਦਾ ਮਤਲਬ ਉੱਤੇ ਕਿਸੇ ਨੇ ਮਿਲਾਪਟ ਪਾ ਦਿੱਤੀ ਜਾਂ ਉਹ ਕਿਸੇ ਨੇ ਆਪਣੀ ਸੋਚ ਅਨਸਾਰ ਲਿਖ ਦਿੱਤਾ ਗੁਰੂ ਦੀ ਸੋਚ ਨਹੀਂ ਗੁਰੂ ਦੀ ਸੋਚ ਗੁਰਬਾਣੀ ਰਾਹੀਂ ਪਰਖੀ ਜਾਂਦੀ ਹੈ ਘਰ ਕਰਨੀ ਇਹ ਹੀ ਪ੍ਰਧਾਨ ਹੈ ਗੁਰੂ ਦੇ ਸਿਖਿਆਮ ਅਨਸਾਰ ਜੀਵਨ ਜਿਉਣਾ ਦਬਦੀਆਂ ਨਜ਼ਰਾਂ ਚ ਪਰਵਾਨ ਹੁੰਦਾ ਹੈ ਨਾਨਕ ਨਾਮ ਨਾ ਬੀਸਰੈ ਕਰਮ ਸੱਚਾ ਹੈ ਨਿਸ਼ਾਨ ਹੈ ਨਾਨਕ ਜੀ ਨਾਮ ਨਾ ਭੁੱਲੇ ਧਿਆਨ ਰੂਪੀ ਨਾਮ ਸਰਬਦਾ ਪੈ ਜਿਵੇਂ ਜਿਉਣਾ ਇੱਕ ਰਾਸ ਆ ਜਾਵੇ ਨੰਬਰ 1 ਨੰਬਰ 2 ਰੱਬ ਦਾ ਸ਼ੁਕਰਾਨਾ ਸ਼ੁਕਰਾਨੇ ਵਿੱਚ ਜਿਉਣਾ ਰਸ ਆ ਜਾਵੇ ਨੰਬਰ 3 ਰੱਬ ਦੀ ਯਾਦ ਸਿਮਰਨ ਹਦੇ ਯਾਦ ਰਸ ਵਿੱਚ ਜਿਉਣਾ ਇਹ ਤਿੰਨੋਂ ਚੀਜ਼ਾਂ ਪਿਆਰ ਰਸ ਵਿੱਚ ਹੁੰਦੀਆਂ ਨੇ ਰੱਬ ਨਾਲ ਪਿਆਰ ਹਰ ਵੇਲੇ ਯਾਦ ਦਾ ਰਸ ਹਰ ਵੇਲੇ ਪਹਿ ਭਾਵਨੀ ਹਰ ਵੇਲੇ ਸ਼ੁਕਰਾਨਾ ਇਹ ਧਿਆਨ ਰੂਪੀ ਨਾਮ ਹੈ ਗਿਆਨ ਰੂਪੀ ਨਾਮ ਫੈਸਲੇ ਲੈਣੇ ਨੇ ਕੀ ਕਰਨਾ ਕੀ ਨਹੀਂ ਦੁਨੀਆ 'ਚ ਬੜੇ ਬਿਰਤ ਬਰਤਾਰੇ ਐਸੇ ਵਰਤਦੇ ਨੇ ਮਨ ਨੂੰ ਵਿਚਲਿਤ ਕਰ ਦਿੰਦੇ ਨੇ ਕਿ ਹਰ ਇੱਕ ਵਿੱਚ ਉਲਝ ਜਾਣਾ ਹੈ ਸਰਬਾਨੀ ਤਾਂ ਸਿੱਖਣਾ ਹੈ ਪਰਪਕਾਰ ਕਰਨਾ ਮੈਂ ਨੌਜਵਾਨ ਵੀਰਾਂ ਨੂੰ ਇਹਨਾਂ ਨੂੰ ਬੇਨਤੀ ਕਰਾਂ ਕੋਈ ਇੱਕ ਪਰਪਕਾਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਓ ਬਹੁਤਿਆਂ ਨੂੰ ਹੱਥ ਨਾ ਪਾਇਓ ਉਲਝ ਜਾਓਗੇ ਕੋਈ ਇੱਕ ਪਰਪਕਾਰ ਮੈਂ ਸੁਝਾਅ ਦੇ ਦਿੰਦਾ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਇੱਛਾ ਹੈ ਅੱਜ ਦੇ ਯੁੱਗ ਵਿੱਚ ਬੱਚਿਆਂ ਦੇ ਲਈ ਨਵੀਂ ਪੀੜੀ ਨੂੰ ਵਿਰਸੇ ਦਾ ਗਿਆਨ ਬੰਡਣਾ ਸਭ ਤੋਂ ਵੱਡੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਸਤਿਗੁਰੂ ਕਿਰਪਾ ਕਰਨ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਟਾਈਮ ਐਸਾ ਬਣਾਓ ਜਿਹੜਾ ਬੱਚਿਆਂ ਨੂੰ ਗੁਰੂ ਵਿਰਸੇ ਦਾ ਪਿਆਰ ਬੰਨਣ ਵਾਸਤੇ ਹਰ ਮੰਨ ਨੂੰ ਮਜਬੂਤ ਕਰ ਲਿਓ ਜ਼ਰੂਰੀ ਨਹੀਂ ਹਰ ਕੋਈ ਕਦਰ ਕਰੇ ਵਿਰੋਧ ਵੀ ਕਰ ਸਕਦੇ ਨੇ ਲੋਕ ਯਾਦ ਰੱਖਿਓ ਹੋ ਸਕਦਾ ਹੈ ਲੋਕ ਨਿੰਦਾ ਵੀ ਕਰਨ ਤੁਹਾਡੇ ਬਾਰੇ ਧੁੰਦਲੀ ਤਸਵੀਰ ਪੇਸ਼ ਕਰਨ ਦੀ ਕਰਨ ਕਰਿਓ ਵਾਹਿਗੁਰੂ ਜੀ ਲਈ ਕਰਨਾ ਨਿੰਦਾ ਕਰੇ ਨਾ ਘਬਰਾਇਓ ਨਾ ਅਸੀਂ ਨਿੰਦਕਾਂ ਲਈ ਥੋੜੀ ਕਰ ਰਹੇ ਆ ਪਰਪਕਾਰ ਵਿਰੋਧ ਕਰਦਾ ਘਬਰਾਉਣਾ ਨਹੀਂ ਅਸੀਂ ਵਿਰੋਧ ਕਰਨ ਵਾਲਿਆਂ ਵਾਸਤੇ ਥੋੜੀ ਕਰ ਰਹੇ ਆ ਅਸੀਂ ਤਾਂ ਆਪਣੇ ਗੁਰੂ ਲਈ ਕਰ ਰਹੇ ਆ ਆਪਣੇ ਵਾਹਿਗੁਰੂ ਲਈ ਕਰ ਰਹੇ ਆ ਜਿਹਦੇ ਵਾਹਿਗੁਰੂ ਲਈ ਕਰਾਂਗੇ ਨਾ ਸੱਚ ਜਾਣੀਓ ਅੰਦਰੋਂ ਪਤਾ ਲੱਗੇਗਾ ਪਰਪਕਾਰ ਦਾ ਰਸ ਕੀ ਹੁੰਦਾ ਹੈ ਇਹ ਬਖਸ਼ਿਸ਼ ਮਿਲਦੀ ਹੈ ਇਸ ਬਖਸ਼ਿਸ਼ ਦੀ ਇੱਕ ਨਿਸ਼ਾਨੀ ਹੈ ਨਿਸ਼ਾਨ ਭਰਾਈਗਾ ਨਹੀਂ ਅੰਦਰ ਅਨੰਦ ਬਣੇਗਾ ਵਾਹਿਗੁਰੂ ਜੀ ਤੇਰੀ ਯਾਦ ਨਾ ਭੁੱਲੇ ਤੇਰਾ ਭੈ ਨਾ ਭੁੱਲੇ ਤੇਰਾ ਸ਼ੁਕਰਾਨਾ ਨਾ ਭੁੱਲੇ ਇਹ ਸੱਚਾ ਨਿਸ਼ਾਨ ਬਣ ਜਾਏਗਾ ਇਹਲਾ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਹਨਗੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਸ੍ਰੀ ਰਾਗ ਦੇ ਵਿੱਚ 20ਵਾਂ ਸ਼ਬਦ ਹੈ ਇੱਕ ਤਿਲ ਪਿਆਰਾ ਵੀਸਰੈ ਰੋਗ ਬਲ ਲੱਗਾ ਮਨ ਮਾਹੇ ਸੌਰੀ ਦੁਬਾਰੇ ਪੰਕਤੀ ਪੜ੍ਹਦੇ ਹਾਂ ਜੀ ਇੱਕ ਤਿਲ ਪਿਆਰਾ ਵੀ ਸਰ ਹੈ ਰੋਗ ਵੱਡਾ ਮਨ ਮਾ ਹੈ ਫਿਰ ਇਹਦਾ ਮਹਿਸੂਸ ਹੁੰਦਾ ਜੇ ਇੱਕ ਤਿਲ ਮਾਤਰ ਵੀ ਇੱਕ ਸੈਕਿੰਡ ਵੀ ਰੱਬ ਨੂੰ ਰੱਬ ਦੀ ਯਾਦ ਭੁੱਲਦੀ ਹੈ ਨਾ ਕਿ ਮਨ ਨੂੰ ਰੋਗ ਲੱਗ ਗਿਆ ਜਿਉਂ ਦਰ ਗਿਆ ਪਤ ਪਾਈ ਹੈ ਜਾਂ ਹਰ ਨਾ ਬਸੈ ਮਨ ਮਾ ਹੈ ਜੇ ਵਾਹਿਗੁਰੂ ਜੀ ਦੀ ਯਾਦ ਹਿਰਦੇ ਚ ਨਾ ਨਾ ਬਸੀ ਰੱਬ ਦੇ ਭੈ ਵਿੱਚ ਫੈਸਲੇ ਨਾ ਲਏ ਰੱਬ ਦਾ ਸ਼ੁਕਰਾਨਾ ਨਾ ਹੋਇਆ ਰੱਬ ਦੀ ਦਰਗਾਹ ਵਿੱਚ ਸਿਮਾਨ ਨਹੀਂ ਮਿਲਣਾ ਇਹਦਾ ਮਹਿਸੂਸ ਹੋਏਗਾ ਅਹਿਸਾਸ ਹੋਏਗਾ ਘਰ ਮਿਲੇ ਆ ਸੁਖ ਪਾਈਐ ਅਗਨ ਮਰੈ ਗੁਣ ਮਾਹਿ ਇਹਦਾ ਗੁਰੂ ਦਾ ਉਪਦੇਸ਼ ਗਿਆਨ ਰੂਪੀ ਨਾਮ ਗੁਰ ਸਰੂਪ ਮਨ ਮੰਨਣ ਲੱਗ ਜਾਂਦਾ ਹੈ ਨਾ ਰਾਸ ਹੋਣ ਲੱਗ ਜਾਂਦਾ ਹੈ ਇਹਨੂੰ ਕਹਿੰਦੇ ਨੇ ਮਨ ਦਾ ਮਿਲਾਪ ਹੋ ਗਿਆ ਗੁਰ ਸਰੂਪ ਦੇ ਨਾਲ ਅੰਦਰ ਸੁਖ ਮੰਨਦਾ ਹੈ ਕ੍ਰਿਸ਼ਨਾਂ ਦੀ ਨਫ਼ਰਤ ਦੀ ਜੈਲਸ ਦੀ ਅਹੰਕਾਰ ਦੀ ਅਗ ਮਰ ਜਾਂਦੀ ਹੈ ਗੁਣਾ ਵਿੱਚ ਜਿਉਣ ਦਾ ਰਸ ਬਣ ਜਾਂਦਾ ਹੈ ਗੁਣ ਮਾ ਗੁਣ ਮਾ ਹੈ ਗੁਣ ਦੇ ਵਿੱਚ ਚੰਗਾ ਲੱਗਣ ਲੱਗ ਜਾਂਦਾ ਹੈ ਗੁਣਾ 'ਚ ਜਿਉਣਾ ਪਰਪਕਾਰ ਕਰਨਾ ਬੜਾ ਚੰਗਾ ਲੱਗਦਾ ਜਦੋਂ ਕੋਈ ਪਰਪਕਾਰੀ ਦੇ ਰਸ ਵਿੱਚ ਰੁਕਾਵਟਾਂ ਖੜੀਆਂ ਕਰਦਾ ਹੈ ਨਾ ਨਿੰਦਾ ਪਾਉਂਦਾ ਹੈ ਨਿੰਦਾ ਕਰਦਾ ਹੈ ਧੁੰਦਲੀ ਤਸਵੀਰ ਪੇਸ਼ ਕਰਦਾ ਹੈ ਰੁਕਾਵਟਾਂ ਪਾਉਂਦਾ ਹੈ ਬੜਾ ਰਸ ਬਣਦਾ ਹੈ ਕੋਈ ਪਤਾ ਹੈ ਹਿਸਟਰੀ ਬਣ ਰਹੀ ਹੈ ਖੁਆ ਹੀ ਗੁਰ ਬਾਣੀ ਨੇ ਸਿੱਖਿਆ ਮੰਨ ਸੋਝੀ ਕਰਾ ਦੇਣੀ ਹੈ ਪਰ ਪੁਕਾਰ ਦੇ ਕੰਮ ਕਰਨ ਵਾਲੇ ਦੀ ਵੀ ਹਿਸਟਰੀ ਬਣ ਰਹੀ ਹੈ ਤੇ ਵਿਰੋਧ ਕਰਨ ਵਾਲੇ ਦੀ ਵੀ ਹਿਸਟਰੀ ਬਣ ਰਹੀ ਹੈ ਜਿਹੜਾ ਨਿੰਦਾ ਕਰਦਾ ਹਿਸਟਰੀ ਉਹਦੀ ਵੀ ਬਣਦੀ ਹੈ ਜਿਹੜਾ ਨਿੰਦਾ ਚੱਲਦਾ ਹੈ ਹਿਸਟਰੀ ਉਹਦੀ ਬਣਦੀ ਹੈ ਜਿਹੜਾ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੁੰਦਾ ਜਿਹਨੂੰ ਬਖਸ਼ਿਸ਼ ਮਿਲਦੀ ਹੈ ਨਾ ਉਹਦੀ ਹਿਸਟਰੀ ਸਨੇਰੀ ਪੰਨੇ ਕਹਾਉਂਦੇ ਨੇ ਤੇ ਦੂਜੇ ਦੀ ਹਿਸਟਰੀ ਹਲੇ ਪੰਨੇ ਕਾ ਹੁੰਦੇ ਨੇ ਇਸ ਲਈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹ ਮਾਨਰੇ ਅਹਨੇ ਸਹਰ ਗੁਣਸਾਰ ਐ ਮਨਾ ਰੱਬ ਦੇ ਗੁਣਾ ਨੂੰ ਹਿਰਦੇ ਵਿੱਚ ਸੰਭਾਲ ਸੁਭਾਅ ਵਿੱਚ ਸੰਭਾਲ ਸੋਚ ਵਿੱਚ ਰੱਖ ਜੇਨ ਖਿਨ ਪਲ ਨਾਮ ਨਾ ਵੀਸਰੈ ਤੇ ਜਨ ਵਿਰਲੇ ਸੰਸਾਰ ਜਿਨ੍ਹਾਂ ਨੂੰ 1 ਸੈਕਿੰਡ ਵੀ ਗੁਰੂ ਦੇ ਉਪਦੇਸ਼ ਗਿਆਨ ਰੂਪੀ ਨਾਮ ਭੁੱਲਦਾ ਨਹੀਂ ਭਾਵ ਗੁਰੂ ਦੇ ਗਿਆਨ ਉਪਦੇਸ਼ ਮਤਾਬਕ ਫੈਸਲੇ ਲੈਂਦੇ ਨੇ ਸਵਿਰਲੇ ਨੇ ਰਹਾ ਹੋ ਇਹ ਪਦ ਰਹਾਉ ਦਾਸੀ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ ਜੋਤੀ ਜੋਤ ਉਹਦੇ ਰਸ ਵਿੱਚ ਉਹ ਗੁਣੀ નિਧਾਨ ਹੈ ਗੁਣਾ ਵਾਲਾ ਜੀਵਨ ਜਿਉਣਾ ਹੈ ਰੱਬ ਦੇ ਪਿਆਰ ਰਸ ਵਾਲਾ ਜੀਵਨ ਜਿਉਣਾ ਹੈ ਸੁਰਤੀ ਸੁਰਤ ਸੰਜੋਗ ਯਾਨੀ ਗੁਰੂ ਵੱਲ ਰੱਖਣਾ ਧਿਆਨ ਗੁਰੂ ਦੇ ਉਪਦੇਸ਼ ਵੱਲ ਰੱਖਣਾ ਹੈ ਧਿਆਨ ਰੱਬ ਵੱਲ ਰੱਖਣਾ ਹੈ ਹਰ ਫੈਸਲਾ ਲੈਣ ਲੱਗਿਆ ਇਹ ਸੰਯੋਗ ਵਾਰ ਗੁਰੂ ਜੀ ਮਿਲਾਬ ਕਰਾਂ ਨੇ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਜਿਵੇਂ ਕਿਸਤਰੀ ਆਪਣੇ ਪਤੀ ਦੇ ਅੱਗੇ ਸਰੀਰ ਸਮਰਪਿਤ ਕਰ ਦਿੰਦੀ ਹੈ ਉਹਨੂੰ ਭੋਗ ਭੋਗਣਾ ਕਹਿੰਦੇ ਨੇ ਇਸੇ ਤਰ੍ਹਾਂ ਗੁਰਸਿੱਖ ਆਪਣੇ ਗੁਰੂ ਨੂੰ ਸਾਰਾ ਜੀਵਨ ਸਮਰਪਿਤ ਕਰ ਦਿੰਦੇ ਨੇ ਰੱਬ ਨੂੰ ਸਮਰਪਿਤ ਹੋ ਜਾਣਾ ਇਸ ਨਾਲ ਰੱਬ ਦੇ ਪਿਆਰ ਦਾ ਗੁਰੂ ਦੇ ਪਿਆਰ ਦਾ ਰਸ ਪ੍ਰਾਪਤ ਹੁੰਦਾ ਹੈ ਇਸ ਸਿਉਂਹ ਨੇਹਨਾ ਕੀ ਜੀ ਜੋ ਦੀਸਾ ਚੱਲਣ ਹਾਰ ਦੁਨੀਆ ਤੇ ਊੜ ਦੇ ਰਸ ਇਹ ਦੁਨੀਆ ਦੇ ਰਸ ਚਸ ਕੇ ਰਸ ਸਭ ਇੱਕ ਦਿਨ ਮਿਟਣ ਵਾਲੇ ਨੇ ਇਹਨਾਂ ਨਾਲ ਨੇਵ ਕੀ ਪਾਉਣਾ ਹੈ ਗੁਨਾ ਨਾਲ ਨੇਪਾ ਰੱਬੀ ਬਖਸ਼ਾਂ ਦੇ ਨਾਲ ਰਿਸ਼ਤਾ ਬਣਾ ਗੁਰਮਖ ਰਵਾਂ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਮੰਨ ਕੇ ਮਤ ਸੁਹਾਗਣੀ ਬਣ ਜਾਂਦੀ ਹੈ ਆਨੰਦ ਮਾਣਦੀ ਐਸ ਰਸਤੇ ਤੁਰਨ ਦਾ ਇਹ ਪ੍ਰਭੂ ਦੀ ਸੇਜ ਹੈ ਕਦੀ ਯਾਦ ਰਸ ਵਿੱਚ ਜਿਉਣਾ ਉਹਦੇ ਪੈਰ ਰਸ ਵਿੱਚ ਜਿਉਣਾ ਚਾਰੇ ਅਗਨਿਵਾਰ ਮਾਰ ਗੁਰਮਖ ਹਰ ਜਲ ਪਾਏ ਅੰਦਰ ਚਾਰ ਤਰ੍ਹਾਂ ਦੀ ਆਗ ਹੈ ਇਹਨੂੰ ਹੰਸਾਹੇਤ ਲੋਭ ਕੋਪ ਕਹਿੰਦੇ ਨੇ ਨਿਰਦਈ ਹੋ ਜਾਣਾ ਕਠੋਰ ਹਿਰਦਾ ਨਿੰਦਾ ਰਾਸ ਵਿੱਚ ਕਿਸੇ ਦਾ ਸਤਕਾਰ ਮਲਿਆ ਮੀਟ ਕਰ ਦੇਣਾ ਐਸੇ ਫੈਸਲੇ ਲੈਣੇ ਕਿਸੇ ਦੇ ਫਿਊਚਰ ਤਬਾਹ ਕਰਨਾ ਪਰ ਅੰਦਰ ਦਇਆ ਨਾ ਆਈ ਦੂਸਰਾ ਹੈ মোহ মোহ ਦੇ ਵਿੱਚੋਂ ਧੜੇ ਬੰਨੀਆਂ ਇਹ ਵੀ ਇੱਕ ਅੱਗ ਹੈ ਲੋਭ ਇੱਕ ਅੱਗ ਹੈ ਵਿਰੋਧ ਇੱਕ ਅੱਗ ਹੈ ਵਾਹਿਗੁਰੂ ਜੀ ਬਖਸ਼ਿਸ਼ ਕਰਨ ਤੇ ਇਹ ਅੱਗ ਮਿਟ ਜਾਂਦੀ ਹੈ ਗੁਰਮੁਖ ਖਰਜਲ ਪਾਏ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਪ੍ਰੈਕਟੀਕਲ ਜਿਉਂ ਕੇ ਜਿਹੜਾ ਰਸ ਆਉਂਦਾ ਹੈ ਹਰੀ ਦੇ ਜਲ ਦਾ ਰਸ ਹੈ ਨੂੰ ਅੰਮ੍ਰਿਤ ਰਸ ਵੀ ਕਹਿੰਦੇ ਨੇ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਆਏ ਫਿਰ ਦਾ ਕਮਲ ਫੁੱਲ ਵਾਂਗੂ ਖਿੜ ਜਾਂਦਾ ਹੈ ਗੁਰੂ ਦੇ ਮਾਰਗ ਤੇ ਤੁਰਨ ਦਾ ਆਨੰਦ ਬਣ ਜਾਂਦਾ ਹੈ ਜੋ ਜਿਹੜਾ ਰਸ ਹੈ ਨਾ ਅਮਰਿਤ ਦਾ ਰਸ ਹੈ ਅਮ੍ਰਿਤ ਉਹ ਪਾਪ ਮਰਦਾ ਨਹੀਂ ਦੁੱਖ ਹੁੰਦੇ ਨੇ ਰਸ ਬਣਿਆ ਰਹਿੰਦਾ ਹੈ ਰਕਾਬਟਾ ਹੁੰਦੀਆਂ ਨੇ ਰਸ ਬਣਿਆ ਰਹਿੰਦਾ ਕਿਉਂਕਿ ਮੰਤਰਿਪਤ ਹੋ ਜਾਂਦਾ ਗਾਏ ਹੁੰਦਾ ਤ੍ਰਿਪਤ ਹੋਣਾ ਸੰਤੋਸ਼ ਹੋਣਾ ਸੈਟੀਸਫਾਈਡ ਜੋ ਵਾਹਿਗੁਰੂ ਜੀ ਕਰੈ ਨੇ ਸਭ ਚਰਦੀ ਕਲਾ ਜੋ ਗੁਰੂ ਸਾਹਿਬ ਕਹਤਕ ਵਰਤਾ ਰਹੇ ਨੇ ਸਭ ਥੰਗੇਲੀ ਹੋ ਰਿਹਾ ਹੈ ਬਿਗਨ ਰੁਕਾਪਤਾ ਦੁੱਖ ਸਭ ਆਗਿਰ ਦੇ ਵਰਤਾ ਰਹੇ ਨੇ ਜਿਨੇ ਭਾਵਨਾ ਮਨਾ ਲਈ ਨਾ ਉਹਦੇ ਚੋਂ ਜੋ ਨਿਕਲਦਾ ਹੈ ਨਾ ਅਖੀਰ ਤੇ ਰਿਜ਼ਲਟ ਜੋ ਨਿਕਲਦਾ ਕੁੜ ਨਖਟੇ ਨਾਨਕਾ ਹੁਣ ਸੱਚ ਰਹੀ ਰੱਬ ਦੀਆਂ ਸ਼ਕਤੀਆਂ ਰੱਬ ਦੀਆਂ ਬਖਸ਼ਾ ਸੱਚ ਦਾ ਸਾਥ ਦਿੰਦੀਆਂ ਨੇ ਆਖਰੀ ਪੰਕਤੀ ਨਾਨਕ ਸਤਗੁਰ ਮੀਤ ਕਰ ਸੱਚ ਪਾਵਨ ਦਰ ਗਏ ਜਾਏ ਇਹ ਨਾਨਕ ਜੀ ਤੋਂ ਮਿੱਤਰ ਬਣਾਉਣਾ ਸਤਗੁਰ ਸਰੂਪ ਨੂੰ ਮਿੱਤਰ ਬਣਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਸੱਚੇ ਮਿੱਤਰ ਨੇ ਵਾਹਿਗੁਰੂ ਜੀ ਐਸੇ ਮਿੱਤਰ ਨੇ ਜਿਹੜੇ ਸਾਥ ਨਹੀਂ ਛੱਡਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਝਾਤੀ ਮਾਰ ਅੰਦਰ ਗੁਰ ਉਪਦੇਸ਼ ਦੇ ਰਤਨ ਪਏ ਨੇ ਸਿੱਖਿਆਵਾਂ ਦੇ ਰਤਨ ਪਏ ਉਹ ਗੁਰ ਸਰੂਪ ਹੈ ਮੇਰੇ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਸੱਚਾ ਮਿੱਤਰ ਹੈ ਮਤ ਵਿੱਚ ਬੈਠ ਜਾਂਦਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਮਤ ਵਿੱਚ ਜਿਹੜੇ ਉਪਦੇਸ਼ ਯਾਦ ਨੇ ਨਾ ਜਿਹੜੀ ਗੁਰਬਾਣੀ ਯਾਦ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਨਾ ਅੰਦਰ ਆਵਾਜ਼ ਉੱਠਦੀ ਹੈ ਉਹ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦਾ ਸਤਿਗੁਰ ਸਰੂਪ ਹੈ ਇਹਨੂੰ ਮਿੱਤਰ ਬਣਾ ਇਹਨੂੰ ਮਿੱਤਰ ਬਣਾਏਗਾ ਸੱਚ ਦਾ ਰਸ ਆ ਜਾਏਗਾ ਇਹ ਮਾਂ ਨੂੰ ਚੇਤੇ ਕਰੀਏ ਪਿਤਾ ਨੂੰ ਚੇਤੇ ਕਰੀਏ ਰਸ ਆਉਂਦਾ ਨਾ ਆਪਣੇ ਗੁਰੂ ਨੂੰ ਚੇਤੇ ਕਰੀਏ ਉਹ ਵੀ ਰਸ ਆਉਂਦਾ ਆਪਣੇ ਵਾਹਿਗੁਰੂ ਜੀ ਨੂੰ ਜਿੱਤੇ ਕਰੀਏ ਬੜਾ ਆਨੰਦ ਰਾਸ ਆਉਂਦਾ ਜਿਵੇਂ ਭੈਣ ਭਰਾਵਾਂ ਨੂੰ ਯਾਦ ਕਰਕੇ ਪੁੱਤਰਾਂ ਧੀਆਂ ਨੂੰ ਯਾਦ ਕਰਕੇ ਇੱਕ ਰਾਸ ਬਣਦਾ ਹੈ ਨਾ ਆਪਣੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਯਾਦ ਕਰਕੇ ਇੱਕ ਰਾਸ ਬਣਦਾ ਹੈ ਨਾ ਵਾਹਿਗੁਰੂ ਜੀ ਨੂੰ ਯਾਦ ਕਰਕੇ ਵੀ ਇੱਕ ਰਾਸ ਬਣਦਾ ਹੈ ਉਹਨੂੰ ਸੱਚ ਪਾਉਣਾ ਕਹਿੰਦੇ ਨੇ ਸੱਚ ਨੂੰ ਪਾ ਲਿਆ ਰਾਸ ਨੂੰ ਪਾ ਲਿਆ ਵਾਹਿਗੁਰੂ ਜੀ ਦੀ ਯਾਦ ਵਾਹਿਗੁਰੂ ਜੀ ਦੀ ਸੱਚ ਪਾਵਨੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਹ ਜਿਹੜਾ ਰਸ ਹੈ ਨਾ ਚੱਪਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਫਿਰ ਵਾਕਰੂ ਦੀ ਬਖਸ਼ਣ ਦਿੰਦੇ ਨੇ ਜਿਹਨੂੰ ਬਖਸ਼ਣ ਦਿੰਦੇ ਨੇ ਨਾ ਕੋਈ ਮੇਟ ਨਹੀਂ ਸਕਦਾ ਕਿਰਕਾਪਟਾ ਖੜੀਆਂ ਕਰ ਸਕਦੀ ਹੈ ਦੁਨੀਆ ਅੱਗੇ ਵਧਨ ਤੋਂ ਨਹੀਂ ਰੁਕ ਸਕੇਗੀ ਗੁਰਮਖ ਅੱਗੇ ਵੱਧ ਆ ਜਾਏਗਾ ਦੁਨੀਆ ਰਕਾਪਟਾ ਖੜੀਆਂ ਕਰ ਸਕਦੀ ਹੈ sundli ਤਸਵੀਰ ਪੇਸ਼ ਕਰ ਦੇਗੀ ਨਿੰਦਾ ਕਰ ਦੇਗੀ ਵਿਰੋਧ ਕਰੇਗੀ ਮੰਜ਼ਲ ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕੇਗਾ ਇੱਕ ਹਿਸਟਰੀ ਬਣਦੀ ਹੈ ਪਰਪਕਾਰ ਦੇ ਮਿਸ਼ਨ ਤੇ ਤੁਰਨ ਵਾਲੇ ਦੀ ਇੱਕ ਹਿਸਟਰੀ ਬਣਦੀ ਹੈ ਤੇ ਉਹਦੀ ਹਿਸਟਰੀ ਵਿੱਚ ਇਹ ਵੀ ਲਿਖਿਆ ਹੁੰਦਾ ਹੈ ਕੌਣ ਕੌਣ ਸਨ ਜਿਨ੍ਹਾਂ ਨੇ ਰਿਕਾਬਤਾ ਖੜੀਆਂ ਕੀਤੀ ਉਹ ਹਿਸਟਰੀ ਦੇ ਪੰਨੇ ਉਹਨਾਂ ਨੂੰ ਕਲੰਕਿਤ ਕਰਦੇ ਨੇ ਸ਼ਰਮਿੰਦਾ ਕਰਦੇ ਨੇ ਜਦੋਂ ਉਸ ਹਿਸਟਰੀ ਨੂੰ ਉਹਨਾਂ ਦੇ ਬੱਚੇ ਪੜ੍ਹਦੇ ਨੇ ਉਹ ਬੱਚੇ ਪੜ੍ਹਦੇ ਨੇ ਕਿ ਕਿਸੇ ਨੇ ਪਰਪਕਾਰ ਕੀਤਾ ਸੀ ਸ਼ਹਿਰ ਵਿੱਚ ਦੇਸ਼ ਵਿੱਚ ਦੁਨੀਆ ਤੇ ਮਾਦੇ ਵਿੱਚ ਕੌਮ ਦੇ ਅੰਦਰ ਜਦੋਂ ਪਰਪਕਾਰ ਕੀਤਾ ਸੀ ਸਾਡੇ ਬਾਪ ਨੇ ਸਾਡੇ ਦਾਦੇ ਨੇ ਰੁਕਾਵਟਾਂ ਖੜੀਆਂ ਕੀਤੀਆਂ ਸੀ ਬਹੁਤ ਵੱਡਾ ਕਲੰਕ ਹੈ ਕਿਉਂਕਿ ਰੱਬ ਦੀ ਦਰਗਾਹ ਵਿੱਚੋਂ ਮਿਲੀ ਹੋਈ ਬਖਸ਼ਿਸ਼ ਨੂੰ ਕੋਈ ਨਹੀਂ ਘਟਾ ਸਕਦਾ ਸਿਰ ਪਾਤਸ਼ਾਹ ਕਿਰਪਾ ਕਰਨ ਬਾਬੇ ਨਾਨਕ ਦੇ ਮਿਸ਼ਨ ਤੇ ਪ੍ਰੈਕਟੀਕਲ ਤੁਰਦੇ ਰਹੀਏ ਗੁਲਾਚੁਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨਦੀਆਂ ਸੁਣ ਸਭ ਗੁਬ ਵਿਚਾਰ